ਉਸ ਨੂੰ ਲੈ ਕੇ ਸਿੱਖਾਂ ਦੇ ਅੰਦਰ ਬਹੁਤ ਰੋਸ ਆ, ਕਿਉਂਕਿ ਸਾਡੇ ਜਿਹੜੇ ਪੰਜ ਕਕਾਰ ਆ ਉਹਨਾਂ ਚੋਂ ਇੱਕ ਕਕਾਰ ਨੂੰ ਇਸ ਤਰੀਕੇ ਨਾਲ ਲਹਿਰਾਉਣਾ, ਇਸ ਤਰੀਕੇ ਨਾਲ ਪਾਉਣਾ, ਜਿਸ ਤਰੀਕੇ ਨਾਲ ਮਜ਼ਾਕੀਆ ਢੰਗ ਹੋਵੇ, ਉਹਦੇ ਨਾਲ ਬਹੁਤ ਗੁੱਸਾ ਹੈ ਕੌਮ ਦੇ ਅੰਦਰ। ਮੈਂ ਇਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਨੌਰਥ ਅਵੈਨਿਊ ਪੁਲਿਸ ਸਟੇਸ਼ਨ ਅੰਦਰ ਮੁਕੱਦਮਾ ਵੀ ਦਰਜ ਕਰਾਇਆ, ਕਿਉਂਕਿ ਵਾਰ ਵਾਰ ਅਸੀਂ ਇੰਡਸਟਰੀ ਨੂੰ ਇਹ ਗੱਲ ਕੁਐਸਚਨ ਕਰ ਚੁੱਕੇ ਹਾਂ। ਪਹਿਲਾਂ ਵੀ ਜੈਕਲਿਨ ਫਰਨਾਂਡੇਜ਼ ਨੇ ਵੀ ਇਸ ਤਰੀਕੇ ਪਾਇਆ ਸੀ, ਉਸਨੇ ਵੀ ਆਪਣਾ ਬਾਅਦ 'ਚ ਰਿਮੂਵ ਕੀਤਾ, ਸੌਰੀ ਵੀ ਫੀਲ ਕੀਤੀ, ਲੇਕਿਨ ਵਾਰ ਵਾਰ ਇੰਡਸਟਰੀ ਨੂੰ ਕਹਿਣ ਦੇ ਬਾਵਜੂਦ ਇਹ ਲੱਗਦਾ ਕਿ ਜਾਣ ਬੁੱਝ ਕੇ ਕੰਟਰੋਵਰਸੀ ਕ੍ਰੀਏਟ ਕਰਨ ਵਾਸਤੇ ਐਸਾ ਕੰਮ ਕੀਤਾ ਜਾਂਦਾ ਤਾਂ ਕਿ ਫਿਲਮ ਦੀ ਪ੍ਰਮੋਸ਼ਨ ਫ੍ਰੀ 'ਚ ਮੀਡੀਆ 'ਚ ਹੋ ਜਾਏ। ਔਰ ਅਗਰ ਉਹ ਸਾਡੇ ਕਕਾਰਾਂ ਨੂੰ, ਸਾਡੇ ਰਿਲੀਜਨ ਨੂੰ ਲੈ ਕੇ ਅਸੀਂ ਕੰਟਰੋਵਰਸੀਜ਼ ਕ੍ਰੀਏਟ ਕਰਕੇ ਆਪਣੀ ਮੂਵੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਤਾਂ ਫਿਰ ਇਹਦੇ ਵਾਸਤੇ ਉਹਨਾਂ ਨੂੰ ਇਹਦਾ ਅੰਜਾਮ ਵੀ ਭੁਗਤਣਾ ਪਊਗਾ। ਸੋ ਇਸ ਵਾਸਤੇ ਅਸੀਂ ਐਰਕੀ ਮੁਕੱਦਮਾ ਹੀ ਦਰਜ ਕਰਾਉਣ ਵਾਲੇ ਪਾਸੇ ਚੱਲੇ ਹਾਂ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਸ਼ਾਹਰੁਖ ਖਾਨ ਜਿੱਥੇ ਆਪਣਾ ਇਹਨੂੰ ਵਿਦਡਰਾਅ ਕਰੇ ਇਮੀਜੀਏਟਲੀ, ਉੱਥੇ ਉਹਨਾਂ ਦੇ ਡਾਇਰੈਕਟਰ ਦੇ ਖਿਲਾਫ਼ ਵੀ ਕਰਾਇਆ, ਜਿੱਥੇ ਮਾਫ਼ੀ ਮੰਗਣ ਔਰ ਇਹ ਵੀ ਆਸ਼ਵਾਸਨ ਦੇਣ ਕਿ ਅੱਜ ਤੋਂ ਬਾਅਦ ਦੁਬਾਰਾ ਐਸੀ ਉਹ ਐਡੀ ਬਜਟ ਗੁਣ ਔਰ ਐਡਾ ਵੱਡੀ ਪੁੱਲ ਨਹੀਂ ਕਰਨਗੇ।